Wala na. Ano? Hello. So, swagat sa na SDS vlog de vich. Te ajj assi nava vlog bana rahe hain. De vich apa khet ja rahe hain. Te abhi raste de vich ek ne khaan te zor ditta hoya lekin raat lagya apna khaan te. So, assi ja rahe hain khet. Khet ja ke fir dukhane hain ki system hai. Te utthe ja ke milde hain. ਆਪਣੇ ਗੇਟ ਦੀ ਤਰੱਕੀ ਹੋਣ ਲੱਗ ਗਈ ਇੱਥੇ ਬਡਿੰਗ ਗ੍ਰੀਨ ਸਕੂਲ ਬਣ ਗਿਆ 4-5 ਕਿੱਲਿਆਂ 'ਚ ਬਣਿਆ ਇਹ ਆਪਣੇ ਖੇਤ ਦੇ ਨਾਲ ਜਾ ਲੱਗਦਾ ਇਹਦੇ ਨਾਲ ਆਪਣੇ ਏਰੀਏ ਦਾ ਵੀ ਵਿਕਾਸ ਹੁੰਦਾ ਅਤੇ ਨਾਲ ਆਪਣੀ ਜ਼ਮੀਨ ਦੀ ਵੈਲਿਊ ਵੀ ਵੱਧਦੀ ਆ ਹਾਂ ਇੰਨੀ ਵਧੀਆ ਗੱਲ ਵੀ ਨਹੀਂ ਸੀ ਕਰਨੀ ਮੈਂ ਕਹਿੰਦਾ ਤੇਰੇ ਦਿਮਾਗ ਦੀ ਖਰਾਬ ਚੱਲੀ ਕੀ ਆ ਵਿਹਲੀ ਤੂੰ ਬਹੁਤ ਇੱਥੇ ਕੰਮ ਕਰਦਾ ਪਿਆ चलो जी मिलते हैं उठे जाके बाय बाय आएंगे मैं बाय बाय नहीं डरता नहीं था हौली कर ला डग जाए कई बार डग जाता हूं बंदा और ना पंगे ला यार चल हम देखो कितना इस पर दिया पड़े हट जा यार मेरे ना ओ भरावा सच्ची डर जाता हूं कई बार बंदा देखो पंगे लंदा वा जान जान के ना कई बार सच्ची सट पेट लग जाती होंगी भरावा होर मड़ के मगर देखे मैं होवाना रुड़क के डिग जावा चल जा सीधा मूहरे देख ला चलो जी असी आ चुके हैं खेत देखो कितना सोहना व्यू है इथों का ते गंदा जा मुंडा मैं लगन भी लग जाना किसी हिसाब ना नहीं लगता ना ढाई ना सवा ना एक किलो सवा किलो दत्त मेरे पिछे लग गया लग गया ना लगना नहीं पट्ठे मैं सीधा ही कह दिया कर एक वीरा दस दी इस तरीके सो जे लो जी अपना काम हो गया शुरू मेनू कैमरामैन वास्ते लिया गया इत्थे मैं वीडियो बनाऊंगी शाबाश वेरी गुड चक दे फटे लो जी पानी इधर नू करना तैयारी खिंच रहे हैं चलो जी वो अंकल ने काम नबेड़ता आपका तो हम आप शुरू कर लिया पर मैं लो जी मोटर चली जाती अपनी इधर अपना काम चल रहा पूरा उधर पानी लग रहा वा हाँ थोनू पता ही है जी साड़ी किचन फादर साहब पानी तो बीरा काम कर रहा वा उधर धुआं सीगा बहुत ज्यादा धुआं आ रहा सीगा ते वो लाई सी अग तां करके हुण मैं इधर नूं आ गई हाँ बीरा काम कर रहा आपदा उन्ना टाइम मैं तुहानूं खेत दिखाउंदी आ कितना सोहना लग रहा वा ते बीरा लग्या होया काम करन जोरां शोरां ते डैडी भी काम करके आया हाँ मैं इस टाइम वेली सी इतने तो मैं कुछ नहीं करती मैं आ गई क्योंकि इतने आके बड़ा मज़ा आता है ना आपके खेत होंगे ना फीलिंग ही बहुत वधिया होंगी है ना सो भी मेरे एग्जाम्स खत्म हो गए थे तो हम वीरा काम करी जाता सो आप इतने खड़ के देख रहे हैं भी किमें किमें करता वीरा काम सो उधर तो हाँ सी मैं इतने आ गई वीरे ने मैनू बुलाया मैं उधर नूं जानी हाँ हाँ
ਜਾ ਫਿਰ ਵੀਡੀਓ ਬਣਾਈ ਚੰਗਾ ਅੱਛਾ ਕਾਦੀ ਨਾ ਕਰ ਰਿਹਾ ਵੀਰੇ ਹੱਥ ਨਾ ਓ ਬੁੱਲੇ ਨਹੀਂ ਮੈਨੂੰ ਲੱਗਿਆ ਵੀ ਸ਼ਾਇਦ ਪਾਣੀ ਆ ਪਾਣੀ ਚ ਪਾਣੀ ਪਾਵਾਂਗੇ ਤਾਂ ਹਾਂ ਮੈਂ ਵੀ ਉਹੀ ਸੋਚਿਆ ਪਾਣੀ ਪਾਵਾਂਗੇ ਨਹੀਂ ਮੈਨੂੰ ਲੱਗਿਆ ਵੀ ਤੂੰ ਸਪਰੇ ਵਗੈਰਾ ਕਰ ਰਿਹਾ ਕਿਸੇ ਚੀਜ਼ ਨਾਲ ਸ਼ਾਬਾਸ਼ ਪਾਣੀ ਚ ਪਾਣੀ ਬੱਲੇ ਪਹਿਲੀ ਕਿਉਂ ਸਪਰੇ ਨਹੀਂ ਕਿੰਨੀ ਨੌਲੇਜ ਆ ਬੱਲੇ ਯਾਰ ਵਲੌਗ ਆ ਡੋਂਟ ਬੇਇੱਜ਼ਤੀ ਓਕੇ ਓਕੇ ਇਹ ਬਰਸਨ ਬੀਜਦੇ ਆਪਾਂ ਪੱਠੇ ਸਾਲਾਂ ਦੀ ਲੇਟ ਹੋ ਗਿਆ ਜੀ ਵੀਰੇ ਐਵੇਂ ਕਿਵੇਂ ਫਿਰ ਕਿਵੇਂ ਪੱਠੇ ਆਉਂਦੇ ਆ ਅਰੇ ਪਹਿਲਾਂ ਪਾਣੀ ਭਰ ਕੇ ਹਾਂ ਫਿਰ ਫਿਰ ਐਂ ਕਿੱਤਾ ਦੇਈਦਾ ਇਹ ਬਰਸਨ ਨੂੰ ਕਿੰਨਾ ਵਧੀਆ ਲੱਗ ਰਿਹਾ ਵੀਰੇ ਐਂ ਵਿੱਚ ਜੇ ਮੇਰੇ ਵਧੀਆ ਕੱਪੜੇ ਪਾਏ ਹੋਏ ਨਹੀਂ ਮੈਂ ਵੀ ਟਰਾਈ ਕਰਨਾ ਸੀ ਓ ਸ਼ਟ ਯਾਰ ਵੀਰੇ ਫੋਨ ਗਿਰ ਗਿਆ ਤੇਰਾ ਵਿੱਚ ਯਾਰ ਰਿਐਕਸ਼ਨ ਜਿਹਾ ਤਾਂ ਦੇਣਾ ਸੀ ਵਧੀਆ ਜਿਹਾ ਮੈਨੂੰ ਬਈ ਪਤਾ ਸੀਗਾ ਫਿਰ ਤੇਰਾ ਬੋਲਣ ਦਾ ਢੰਗ ਇਹ ਜਾਨੀ ਜੀ ਓਹੋ ਮੈਂ ਐ ਸੋਚਦੀ ਸੀ ਕਿਤੇ ਕਹਿੰਦੀ ਕਹਿੰਦੀ ਸੱਚੀ ਨਾ ਡਿੱਗ ਪਵੇ ਤੇ ਹੋਰ ਹੀ ਮੇਰਾ ਭਰਥਾ ਬਣ ਜੇ ਇੱਥੇ ਪਹਿਲਾਂ ਮੈਂ ਸੋਚਿਆ ਵੀ ਵਿੱਚ ਕੁਛ ਰੋੜੀ ਰੂੜੀ ਸੈੱਟ ਦਾ ਸੋ ਗਾਈਸ ਵੀਰਾ ਕੰਮ ਕਰ ਰਿਹਾ ਵਾ ਅਤੇ ਮੇਰੇ ਦਿਮਾਗ 'ਚ ਹੁਣੇ ਹੁਣੇ ਇੱਕ ਖੂਫੀਆ ਹੈ ਨਾ ਪਲੈਨ ਆਇਆ ਵੀਰੇ ਨੂੰ ਕਹਿੰਦੇ ਹਾਂ ਕਿ ਵੀਰੇ ਤੇਰਾ ਫੋਨ ਆ ਯਾਰ ਵੀਰੇ ਨੂੰ ਬਹੁਤ ਪਿਆਰਾ ਫੋਨ ਵੀਰੇ ਨੂੰ ਬਹੁਤ ਟਾਈਮ ਮਿਲਣੇ ਦਿਆ ਸੋ ਆਪਾਂ ਐਵੇਂ ਕਹਾਂਗੇ ਕਿ ਵੀਰੇ ਤੇਰਾ ਫੋਨ ਆ ਉਹ ਵਿੱਚ ਗਿਰ ਗਿਆ ਪਾਣੀ ਦੇ ਵਿੱਚ ਸੋ ਦੇਖਦੇ ਹਾਂ ਵੀਰਾ ਕਿੱਦਾਂ ਦਾ ਰਿਐਕਟ ਕਰੋ ਆਈ ਹੋਪ ਗਾਲਾਂ ਨਾ ਪੈ ਜਾਣ ਸੋ ਚਲੋ ਪਲੈਨ ਕਰਦੇ ਹਾਂ ਆ ਜਾਓ ਡੈਡੀ ਬੈਠੇ ਨੇ ਥੋੜੀ ਜਿਹੀ ਘੁੱਟ ਕੇ ਰੱਖੇ ਬਰੀਕ ਹੁੰਦਾ ਵਾ ਡੈਡੀ ਵੀਰੇ ਨੂੰ ਇੰਸਟਰਕਸ਼ਨਸ ਦੇ ਰਹੇ ਆ ਹਾਂ ਵੀਰਾ ਕੰਮ ਕਰਦਾ ਮਿੱਟੀ ਖਿੱਚੀ ਹੁੰਦੀ ਆ ਪੂਰਾ ਵੱਧ ਹੋਜੂ ਸਿਰੇ ਤੱਕ ਦੇ ਦੀ ਬਸ ਲੰਮਾ ਹੱਥ ਰੱਖ ਕੇ ਮਾਰ ਦੇਖੋ ਹੈ ਨਾ ਮੈਂ ਕਿੰਨੀ ਮਿਹਨਤ ਕਰਦੀ ਹਾਂ ਵੀ ਤੁਸੀਂ ਲੋਕ ਦੇਖੋ ਸਾਨੂੰ ਵਧੀਆ ਦੇਖੋ ਪਸੰਦ ਕਰੋ ਕਿੱਥੇ ਚਲੋ ਅਤੇ ਸੋ ਇੰਨੀ ਮਿਹਨਤ ਕਰਦੇ ਹਾਂ ਨਾ ਆਪਾਂ ਤਾਂ ਪਲੀਜ਼ ਸਾਰਿਆਂ ਨੇ ਲਾਈਕ ਕਰਿਆ ਕਰੋ ਯਾਰ ਸਬਸਕ੍ਰਾਈਬ ਕਰ ਲਿਆ ਕਰੋ ਕੀ ਜਾਂਦਾ ਇੱਕ ਬਟਨ ਸਬਸਕ੍ਰਾਈਬ ਕਰਨ ਨਾਲ ਹੁਣ ਆਪਾਂ ਜਾ ਰਹੇ ਹਾਂ ਡੈਡੀ ਨਾਲ ਅਤੇ ਉੱਧਰ ਦੇਖਦੇ ਹਾਂ ਕੀ ਕੰਮ ਕਰਨਾ ਵੱਟੋ ਵੱਟ ਤੁਰੇ ਜਾਂਦੇ ਹਾਂ ਅਸੀਂ ਮੂਹਰੇ ਡੈਡੀ ਪਿੱਛੇ ਪਿੱਛੇ ਮੈਂ ਫੋਟੋ ਖਿੱਚਣੀ ਆ ਦੋਨੇ ਪਾਸੇ ਲੱਗਦਾ ਚਲੋ ਆ ਆ ਸਾਈਡ ਖੇਤਾਂ ਦੀ ਆ ਆ ਲੈਣ ਆਪਣੀ ਤੇ ਕੋ ਲੈਣ ਆਪਣੀ ਹੋ ਉੱਥੇ ਤੱਕ ਆਪਣਾ ਹੀ ਆ ਉਹ 5 ਕਿੱਲੇ ਆ ਉੱਥੇ ਤੱਕ ਅੱਛਾ ਇੱਧਰ ਆ 5 ਕਿੱਲੇ ਆ ਹੈਪੀ ਸੀਟਰ ਦੀ ਬੀਜੀ ਹੋਈ ਆ ਅੱਛਾ ਸਿਆੜ ਦਾ ਸਿਆੜ ਦੀ ਦੀ ਹੈ ਨਾ ਸਿੱਧੇ ਹਾਂਜੀ ਐਂ ਹੁੰਦੇ ਆ ਜਿਹੜੀ ਰੂਟਾ ਬੀਟਰ ਦੀ ਹੁੰਦੀ ਆ ਉਹ ਛਿੱਟੇ ਵਾਂਗੂ ਹੁੰਦੀ ਆ ਕਮਲੀ ਕਿਤੇ ਕਿਤੇ ਉੱਥੇ ਦਾਣਾ ਕਿਤੇ ਉੱਥੇ ਦਾਣਾ ਇਹ ਲੈਂਡ 'ਚ ਦਾਣੇ ਆ ਦੇਖ ਸਿਆੜ ਦੀ ਹੁੰਦੀ ਆ ਨਾ ਹਾਂਜੀ
ਲਾਈ ਨਹੀਂ ਉਹਨੇ ਨਹੀਂ ਓਏ ਸਿਮਰ ਵੀਰੇ ਹਾਂਜੀ ਬੋਲੋ ਹੁਣ ਦੱਸਦੇ ਆ ਓ ਕੱਕਹੀ ਲਿਆ ਕੇ ਉਹ ਨੱਕਾ ਸਿਰੇ ਦੇ ਲਾ ਦੇ ਸਿਰੇ ਦਾ ਘਭਰ ਦੇ ਫਿਰ ਸੌਖੇ ਰਹਾਂਗੇ ਬਾਅਦ ਚ ਭੱਜਿਆ ਜਾਂਦਾ ਨੀ ਤੇ ਢਿੱਡਲ ਜਾ ਇੱਥੇ ਰੁਕਣਾ ਹਲੇ ਫੜ ਲਿਆ ਪਤਾ ਨਹੀਂ ਸੀਗਾ ਪਤਾ ਸੀ ਇੱਥੇ ਕੜ ਚੱਲ ਵੀ ਮੁੰਡਿਆ ਚੱਕ ਦੇ ਫਟੇ ਯਾਰ ਵੀਰੇ ਯਾਰ ਤੇਰਾ ਫੋਨ ਗਿਰ ਗਿਆ ਯਾਰ ਮੈਂ ਮਜ਼ਾਕ ਦੇ ਮੂਡ ਚ ਨਹੀਂ ਹੈਗਾ ਤੂੰ ਕੰਮ ਕਰ ਯਾਰ ਫੋਨ ਦਿਖਾ ਕਿੱਥੇ ਆ ਵੀਰੇ ਸੱਚੀ ਗਿਰ ਗਿਆ ਯਾਰ ਵਿੱਚ ਡਿੱਗ ਪਿਆ ਉਹ ਯਾਰ ਉਹ ਵੀਡੀਓ ਬਣਾਉਂਦੀ ਸੀ ਫਿਰ ਹੱਸਦੀ ਕਾਹਤੋਂ ਆ ਮਜ਼ਾਕ ਨਾ ਕਰ ਮੇਰੇ ਨਾਲ ਲੈ ਉਹ ਯਾ ਉਹ ਯਾ ਕੱਢ ਫੋਨ ਦਿਖਾ ਕਿੱਥੇ ਆ ਯਾਰ ਸੱਚੀ ਗਿਰ ਗਿਆ ਯਾਰ ਆ ਕਿੱਥੇ ਆ ਫੋਨ ਤੂੰ ਮੈਂ ਮਜ਼ਾਕ ਨਾ ਕਰ ਯਾਰ ਦੇਖ ਯਾਰ ਇੱਥੇ ਬਣਾਉਂਦੀ ਸੀ ਮੈਂ ਨਾ ਕਰ ਮੇਰ ਯਾਰ ਸੱਚੀ ਗਿਰ ਗਿਆ ਯਾਰ ਉਹ ਮੈਂ ਵੀਡੀਓ ਵੀ ਮਾਰਨੀ ਐ ਮੈਂ ਮਜ਼ਾਕ ਨਾ ਕਰ ਮੇਰ ਨੂੰ ਫੋਨ ਦੱਸ ਫੋਨ ਕੱਢ ਯਾਰ ਤੇਰੀ ਜੇਬ ਜਾਊਗਾ ਤੂੰ ਯਾਰ ਉਹ ਸੱਚੀ ਯਾਰ ਇੱਥੇ ਗਿਰ ਗਿਆ ਯਾਰ ਉਹ ਵਲੌਗ ਬਣਾਉਂਦੀ ਸੀ ਯਾਰ ਮੈਂ ਹੈ ਯਾਰ ਹੱਦ ਹੋ ਗਈ ਆ ਮੈਂ ਕਹਿੰਦਾ ਤੂੰ ਚੱਕ ਕਿੱਥੇ ਆ ਮਜ਼ਾਕ ਕਰਦੀਆਂ ਉਹ ਮਜ਼ਾਕ ਉਹ ਹੈਗਾ ਯਾਰ ਜੇਬ ਚ ਲੈ ਟੰਬੇ ਪੈਣ ਵਾਲੇ ਮੈਂ ਪਾਗਲ ਆ ਵਿੱਚ ਛੱਡ ਦੂੰਗੀ ਜੇ ਸੱਚੀ ਡਿੱਗ ਜਾਂਦਾ ਵੀਰੇ ਫੇਰ ਵੀਰੇ ਜੇ ਸੱਚੀ ਡਿੱਗ ਜਾਂਦਾ ਜੇ ਸੱਚੀ ਡਿੱਗ ਜਾਂਦਾ ਸੋ ਇਹਦੇ ਨਾਲ ਸਮਾਪਤੀ ਹੁੰਦੀ ਹੈ ਸਾਡੇ ਵਲੌਗ ਦੀ ਅਤੇ ਅਸੀਂ ਹੁਣ ਬਾਏ ਬਾਏ ਘਰੇ ਚੱਲਦੇ ਹਾਂ ਭਾਈ ਠੀਕ ਆ ਭਾਈ ਬਾਏ ਬਾਏ ਮਜ਼ਾਕ ਵਧੀਆ ਹੋ ਗਿਆ ਵੀਰੇ ਨਾਲ ਕਲੋਲਾਂ ਹੋ ਗਈਆਂ ਸੋ ਅੱਜ ਲਈ ਬਹੁਤ ਆ ਜੇ ਸੱਚੀ ਮੁੱਚੀ ਛਿੱਤਰ ਪੈ ਜਾਣੇ ਸੀ ਨਹੀਂ ਬਚ ਗਈ ਆ ਨਹੀਂ ਆ ਦੇਖ ਲਾ ਤਿਆਰ ਸੀਗਾ ਚਲੋ ਠੀਕ ਆ ਭਾਈ ਓਕੇ ਬਾਏ ਬਾਏ ਟੇਕ ਕੇਅਰ ਔਰ ਸਾਰੇ ਹੱਸਦੇ ਰਹੋ ਖੇਡਦੇ ਰਹੋ ਚਲੋ ਭਾਈ ਘੋੜੇ ਜੀ ਘੋੜੇ ਚੜੇੜ ਬੈਠੀ ਪੈਰ ਵੀ ਰਾਗ ਜੇ ਮੈਂ ਲਾਤਾ ਤੇ ਪੱਤੇ ਚੜ੍ਹਨ ਲੱਗ ਜਾਣੇ ਆ ਕਿੰਨਾ ਵਧੀਆ ਹੁੰਦਾ ਨਾ ਮਗਰਲਾ ਜਿਹੜਾ ਮਗਰ ਜਿਹਾ ਲਾਉਂਦੀ ਜੀ ਗੋੜੇ ਰਾਟੇ ਕਾਟ ਰਹੀਏ ਓਮ ਫੋਲ ਕੀ ਸੀਗਾ ਤਰਾਟੇ ਕਾਟ ਰਹੀ ਹੈ ਓਮ ਫੋਲ ਓਮ ਫੋਲ ਹਿੱਲ ਗਿਆ ਵੀਰਾ ਹਿੱਲ ਗਿਆ ਮੈਂ ਹਿੱਲ ਗਿਆ ਰੋਲ ਲਿਆਓ ਟੋਡੀ